ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਦਾਸ ਭੁਪਿੰਦਰ ਸਿੰਘ ਕਥਾਵਾਚਕ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਜ਼ ਕਰ ਰਿਹਾ। ਸੋ ਟੈਂਕੀ ਦਰਦਨ ਆਇਆ ਸੇਵਾ ਸੰਸਥਾ ਯੂਨਿਟ ਆਫ ਸਾਂਝ ਚੈਰੀਟੇਬਲ ਸੁਸਾਇਟੀ ਵੱਲੋਂ ਜੋ ਪਿਛਲੇ ਮਾਰਚ ਦੇ ਮਹੀਨੇ ਤੋਂ ਗੁਰੂ ਕੇ ਵਜ਼ੀਰ ਅਖੰਡ ਪਾਠੀ ਸਿੰਘਾਂ ਦੇ ਦਰਦ ਨੂੰ ਪਹਿਚਾਣਦੇ ਹੋਏ ਉਹਨਾਂ ਦੀਆਂ ਸੇਵਾਵਾਂ ਰਾਸ਼ਨ ਦੁਆਰਾ ਦੁਆ ਦਾਰੂ ਔਰ ਮਾਇਆ ਦੇ ਨਾਲ ਸੇਵਾ ਕੀਤੀ ਗਈ ਔਰ ਅੱਜ ਵੀ ਜਾਰੀ ਹੈ। ਹੁਣ ਸਾਨੂੰ ਜਦੋਂ ਪਿੰਡਾਂ ਵਿੱਚ ਜਾਈਦਾ ਪਤਾ ਲੱਗਦਾ ਕਿ ਅਖੰਡ ਪਾਠੀ ਸਿੰਘ ਜਿਹੜੇ ਗਰੀਬ ਸਿੱਖ ਨੇ, ਲੋੜਵੰਦ ਜਿਹੜੇ ਨੇ, ਉਹਨਾਂ ਦੇ ਬੱਚਿਆਂ ਦੇ ਆਨੰਦ ਕਾਰਜ ਹੋਣ ਵਾਲੇ ਨੇ। ਸੋ ਅਸੀਂ ਉਪਰਾਲਾ ਕੀਤਾ 25 ਅਕਤੂਬਰ ਨੂੰ 11 ਅਖੰਡ ਪਾਠੀ ਸਿੰਘਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਰੱਖੇ ਨੇ ਔਰ ਆਪ ਜੀ ਦੇ ਸਨਮੁਖ ਦੱਸ ਦਈਏ ਕਿ 16 ਧੀਆਂ ਦੇ ਆਨੰਦ ਕਾਰਜ ਹੁਣ ਤੱਕ ਹੋ ਚੁੱਕੇ ਨੇ ਵੱਖ ਵੱਖ ਪਿੰਡਾਂ ਵੱਖ ਵੱਖ ਤਰੀਕਾਂ ਦੇ। ਸੋ 25 ਅਕਤੂਬਰ ਨੂੰ 11 ਅਖੰਡ ਪਾਠੀ ਸਿੰਘਾਂ ਦੀਆਂ ਧੀਆਂ ਜਿਨ੍ਹਾਂ ਦੇ ਪੈਸੇ ਦੁੱਖੋਂ ਵਿਆਹ ਨਹੀਂ ਸੀ ਕਰ ਰਹੇ ਵਿਚਾਰੇ, ਸੋ ਸੰਸਥਾ ਵੱਲੋਂ ਆਪ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਆਨੰਦ ਕਾਰਜ ਕੀਤੇ ਜਾ ਰਹੇ ਨੇ। ਹੋਰ ਬੇਨਤੀ, ਜੋ ਅਖੰਡ ਪਾਠੀ ਸਿੰਘ ਅਪਾਹਜ ਨੇ ਜਾਂ ਅਸਮਰੱਥ ਨੇ ਕਮਾਉਣ ਤੋਂ, ਉਹ 40 ਸਿੰਘਾਂ ਦੀ ਸੇਵਾ ਅਸੀਂ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਹਰ ਮਹੀਨੇ ਰਾਸ਼ਨ ਦੀ ਸੇਵਾ, 1-1 ਮਹੀਨੇ ਦੀ ਰਾਸ਼ਨ ਦੀ ਸੇਵਾ, ਜਿਹੜੇ ਅਪਾਹਜ ਅਖੰਡ ਪਾਠੀ ਸਿੰਘ ਨੇ, ਜਿਹੜੇ ਲੱਤਾਂ ਤੋਂ ਹੈਂਡੀਕੈਪਟ ਨੇ, ਕੋਈ ਕੰਮ ਨਹੀਂ ਕਰ ਸਕਦੇ ਜਾਂ ਜਿਹੜੇ ਬਿਮਾਰ ਪਏ ਨੇ ਇਲਾਜ ਦੁੱਖੋਂ, ਉਹਨਾਂ ਦੀ ਰਾਸ਼ਨ ਦੀ ਸੇਵਾ ਜਿਹੜੀ ਹਰ ਮਹੀਨੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ 40 ਸਿੰਘਾਂ ਦੀ 1 ਮਹੀਨੇ ਦੀ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਵੇਂ ਅਖੰਡ ਪਾਠੀ ਸਿੰਘਾਂ ਦੇ ਘਰਾਂ ਦੇ ਕਮਰਿਆਂ ਦੀ ਸੇਵਾ ਚੱਲ ਰਹੀ, ਜਿਨ੍ਹਾਂ ਦੀ ਛੱਤਾਂ ਡਿੱਗੀਆਂ ਹੋਈਆਂ ਸੀ, ਸੋ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਆਪ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਹੋ ਰਹੀਆਂ ਨੇ। ਟੈਂਕੀ ਦਰਦਨ ਆਇਆ ਸੇਵਾ ਸੰਸਥਾ ਯੂਨਿਟ ਆਫ ਸਾਂਝ ਚੈਰੀਟੇਬਲ ਸੁਸਾਇਟੀ ਜੋ ਰਜਿਸਟਰਡ ਹੈ, ਉਹਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਸਹਿਯੋਗ ਸਦਕਾ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ। ਆਸ ਰੱਖਦੇ ਹਾਂ ਇਹ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਵਾਸਤੇ ਤੁਹਾਡਾ ਪੂਰਨ ਸਹਿਯੋਗ ਚਾਹੀਦਾ ਹੈ, ਜਿਵੇਂ ਆਪ ਜੀ ਨੇ ਪਿਛਲੇ ਸਮੇਂ ਅੰਦਰ ਗੁਰੂ ਕੇ ਵਜ਼ੀਰਾਂ ਦਾ। ਮੈਂ ਇੱਕ NRI ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਦਸਵੰਧ ਦਾ ਮੂੰਹ ਗੁਰੂ ਘਰ ਦੇ ਵਜ਼ੀਰਾਂ ਵੱਲ ਨੂੰ ਥੋੜ੍ਹਾ ਜਿਹਾ ਮੋੜੋ, ਕਿਉਂਕਿ ਹੁਣ ਬੜੀ ਤ੍ਰਾਸਦੀ ਹੈ ਕਿ ਗੁਰੂ ਕੇ ਵਜ਼ੀਰ ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਉਹ ਵਿਚਾਰੇ ਬੜੀ ਗੁਰਬਤ ਦੀ ਜ਼ਿੰਦਗੀ ਜੀ ਰਹੇ ਨੇ, ਅਤੇ ਸਾਡਾ ਦਸਵੰਧ ਜਿਹੜਾ ਕਈ ਸੰਸਥਾਵਾਂ ਜਿਹੜੀਆਂ ਨੇ, ਤੰਬਾਕੂ ਖਾਣ ਵਾਲੇ ਦੇ, ਬੀੜੀਆਂ ਪੀਣ ਵਾਲੇ ਜਿਹੜੇ ਨੇ, ਜਾਂ ਇਲੈਕਸ਼ਨ ਆਉਂਦੀ ਹੈ ਜਦੋਂ ਬੋਤਲ 'ਤੇ ਆਪਣਾ ਜ਼ਮੀਰ ਵੇਚ ਦਿੰਦੇ ਨੇ, ਉਹਨਾਂ ਵੱਲ ਨੂੰ ਦਸਵੰਧ ਚੱਲਦਾ ਜਾ ਰਿਹਾ ਸਾਡਾ ਕੌਮ ਦਾ। ਸੋ ਮੈਂ ਬੇਨਤੀ ਕਰਦਾ ਕੁਛ ਸਮੇਂ ਵਾਸਤੇ, ਜ਼ਿਆਦਾ ਨਹੀਂ, ਮੈਂ ਬੇਨਤੀ ਕਰਦਾ 1 ਸਾਲ ਵਾਸਤੇ ਆਪਣੇ ਦਸਵੰਧ ਦੇ ਮੂੰਹ ਗੁਰੂ ਕੇ ਵਜ਼ੀਰਾਂ ਵਾਸਤੇ ਜ਼ਰੂਰ ਖੋਲ੍ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।